ਪ੍ਰੈਸ ਕੌਂਸਲ ਜਿਹੜੀ ਹੈ ਘੱਲੂਘਾਰਾ ਦੇ ਸੰਬੰਧ ਦੇ ਵਿੱਚ ਜਿਹੜੀ ਸੁਰੱਖਿਆ ਦੇ ਸੰਬੰਧ ਦੇ ਵਿੱਚ ਹੈਗੀ ਹੈ, ਇਸ ਸੰਬੰਧ ਦੇ ਵਿੱਚ ਜਿਹੜੀ ਹੈ ਵੱਖ ਵੱਖ ਤੌਰ 'ਤੇ ਸਾਡੇ ਵੱਲੋਂ ਫਲੈਗ ਮਾਰਚ ਕੀਤੇ ਗਏ ਨੇ ਅਤੇ ਇਹਦੇ ਨਾਲ ਜਿਹੜੇ ਹੈਗੇ ਸਾਡੇ ਕੋਲ ਵੱਖ ਵੱਖ ਥਾਵਾਂ 'ਤੇ ਜਿਹੜੀਆਂ ਹੈਗੀਆਂ ਸਾਡੇ ਹੋਟਲ ਬਾਰ ਐਸੋਸੀਏਸ਼ਨ ਜਿਹੜੀਆਂ ਹੈਗੀਆਂ ਉਹਨਾਂ ਸਾਰਿਆਂ ਦੀ ਵੀ ਚੈਕਿੰਗ ਕੀਤੀ ਗਈ ਹੈ। ਇਹ ਤੁਹਾਡੇ ਮਾਧਿਅਮ ਰਾਹੀਂ ਮੈਂ ਇੱਕ ਗੱਲ ਸਾਰਿਆਂ ਨੂੰ ਇਹ ਕਨਵੇ ਕਰਨਾ ਚਾਹੁੰਦਾ ਹੈਗਾ ਕਿ ਰੂਲਸ ਐਂਡ ਰੈਗੂਲੇਸ਼ਨਸ ਦੇ ਮੁਤਾਬਕ ਜਿਹੜਾ ਹੈਗਾ ਸਾਰਿਆਂ ਨੂੰ ਜਿਹੜੀ ਹੈਗੀ ਹੈ ਇਹ ਕਿ ਜੇ ਸੈਕਸ਼ਨ ਜਿਹੜਾ 77 ਹੈਗਾ ਕ੍ਰਿਮੀਨਲ ਜਸਟਿਸ ਆ ਉਸ 17 ਸਾਲ ਤੋਂ ਘੱਟ ਕਿਸੇ ਨੂੰ ਸ਼ਰਾਬ ਜਿਹੜੀ ਪਿਆਉਣੀ ਹੈ ਲੀਗਲ ਜੁਰਮ ਹੈ, ਔਰ ਕਿਸੇ ਲੇਡੀ ਨੂੰ ਤੁਸੀਂ ਬਾਹਰ ਦੇ ਵਿੱਚ ਇੰਪਲਾਈ ਨਹੀਂ ਕਰ ਸਕਦੇ ਵਿਦਆਊਟ ਹੈਵਿੰਗ ਲੀਗਲ ਲਾਇਸੈਂਸ ਜਿਹੜਾ ਹੈਗਾ ਆ ਉਹ ਬਾਹਰ ਤੁਸੀਂ ਰਨ ਕਰ ਰਹੇ ਹੋ ਵੀ ਅਗੇਂਸਟ ਹੈਗਾ ਕਾਨੂੰਨ ਦੇ ਨਾਲ, ਅਤੇ ਉਸ ਮੁਤਾਬਕ ਜਿਹੜੀ ਹੈਗੀ ਹੈ ਫਿਰ ਕਾਰਵਾਈ ਤੁਹਾਡੇ ਮਾਧਿਅਮ ਰਾਹੀਂ ਮੈਂ ਦੱਸਣਾ ਚਾਹੁੰਦਾ ਕਿ ਇਹਨਾਂ ਸਾਰੀਆਂ ਕਾਨੂੰਨ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਅਤੇ ਇਸ ਤਰ੍ਹਾਂ ਜਿਹੜੀ ਵੀ ਅਣਗਹਿਲੀ ਕਰੇਗਾ ਉਸਦੇ ਖਿਲਾਫ ਜਿਹੜੀ ਹੈ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜਿਹੜਾ ਘੱਲੂਘਾਰਾ ਵੀਕ ਹੈਗਾ ਇਹਦੇ ਵਿੱਚ ਸਰਚ ਓਪਰੇਸ਼ਨ ਚਲਾਏ ਜਾ ਰਹੇ ਨੇ, ਵੱਖ ਵੱਖ ਥਾਵਾਂ 'ਤੇ ਫਲੈਗ ਮਾਰਚ ਕੀਤੇ ਜਾ ਰਹੇ ਨੇ, ਔਰ ਸਾਡੇ ਵੱਲੋਂ ਜਿਹੜੇ ਹੈਗੇ ਅੰਮ੍ਰਿਤਸਰ ਨੂੰ ਜਿਹੜੀਆਂ ਹੈਗੀਆਂ 3 ਜ਼ੋਨਸ ਦੇ ਵਿੱਚ ਜਿਹੜਾ ਡਿਵਾਈਡ ਕੀਤਾ ਗਿਆ ਸਿਕਿਉਰਿਟੀ ਨੂੰ, ਫਸਟ ਸਰਕਲ, ਸੈਕਿੰਡ ਸਰਕਲ ਹੈ, ਥਰਡ ਸਰਕਲ, ਹਰ ਸਰਕਲ ਦੇ ਵਿੱਚ ਜਿਹੜੇ ਹੈਗੇ 20 ਤੋਂ 25 ਦੇ ਵਿੱਚ ਜਿਹੜੇ ਆ ਨਾਕੇ ਲੱਗੇ ਹੋਏ। ਜੀ ਬਿਲਕੁਲ, CCTV ਕੈਮਰੇ ਜਿਹੜੇ ਆ ਸਮਾਰਟ ਪ੍ਰੋਜੈਕਟ ਸਿਟੀ ਦਾ ਇੱਕ ਹਿੱਸਾ ਹੈਗਾ ਉਹ ਵੀ ਲਗਾਏ ਹੋਏ ਨੇ। ਉਸ ਤੋਂ ਇਲਾਵਾ ਜਿਹੜੇ ਆਪਣੇ ਤੌਰ 'ਤੇ ਵੀ ਪੰਜਾਬ ਪੁਲਿਸ ਨੇ ਉਪਰਾਲੇ ਕਰਕੇ ਕਾਫੀ ਜਗ੍ਹਾ 'ਤੇ CCTV ਕੈਮਰੇ ਲਾਏ ਗਏ ਨੇ। ਇਸ ਸੰਬੰਧ ਦੇ ਵਿੱਚ ਜਿਹੜੀ ਹੈ ਡਿਟੇਲ ਮੀਟਿੰਗ ਜਿਹੜੀ ਹੈਗੀ ਹੈ ਤੁਹਾਡੇ ਸਾਡੇ PRO ਸਾਹਿਬ ਤੁਹਾਡੇ ਨਾਲ ਲਾਈਵ ਜਿਹੜੀ ਕੱਲ੍ਹ ਨੂੰ ਕਰ ਲੈਣਗੇ ਅਤੇ ਉਸ ਸਾਰਾ ਦੇਖੋ ਸ਼ਰਧਾਲੂਆਂ ਦੇ ਲੈ ਕੇ ਪ੍ਰਬੰਧ ਜਿਹੜੇ ਹੈਗੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰ ਖੇਤਰ ਦੇ ਵਿੱਚ ਹੈਗੇ ਉਹਨਾਂ ਦੇ। ਜੇ ਹੋਟਲਸ ਦੇ ਵਿੱਚ ਦੇਖੋ ਘੱਲੂਘਾਰਾ ਵੀਕ ਹੁੰਦਾ, ਬਾਹਰੋਂ ਕੋਈ ਬੰਦਾ ਸ਼ਰਾਰਤੀ ਬੰਦਾ ਆ ਕੇ ਨਾ ਮਿਲ ਜੀ, ਉਹਨਾਂ ਦੀ ਜਿਹੜੀ ਆ ਰਾਏ ਵਗਾਈ ਚੈਕਿੰਗ ਜਿਹੜੀ ਆ ਉਹ ਚੱਲਦੀ ਰਹਿੰਦੀ ਹੈਗੀ ਆ, ਉਸ ਦੇ ਮੁਤਾਬਕ ਜਿਹੜੀ ਆ ਪੁਲਿਸ ਦਾ ਰੂਟੀਨ ਤਾਂ ਚੈਕਿੰਗ ਹੈਗੀ ਆ, ਤਾਂ ਉਹ ਐਕਸਟਰਾ ਹੋ ਜਾਂਦੀ ਹੈ ਇਹੋ ਜਿਹੇ ਜਿਹੜੇ ਹੁਣ ਸੈਂਸਟਰ ਟਾਈਮ 'ਤੇ ਆ ਕੇ ਉਸ ਸਾਹਮਣੇ ਕੁਝ ਗਰਮ ਪਿਆਰੇ ਨੌਜਵਾਨਾਂ ਵੱਲੋਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ, ਉਹਨਾਂ ਦੀ ਕੀ ਸਿਕਿਉਰਿਟੀ ਦੇ ਪ੍ਰਬੰਧ? ਦੇਖੋ ਐਜ਼ ਪਰ ਜਿਹੜੇ ਹੈਗੇ ਸਾਡੇ ਨਾਕੇ ਹੈਗੇ ਆ, ਜੇ ਕੋਈ ਵੀ ਐਸੀ ਅਨਸੁਖਾਵੀ ਘਟਨਾ ਜਾਂ ਕੋਈ ਵਿਦਆਊਟ ਐਨੀ ਜਿਹੜੀ ਨਿਊਰੇਸੈਂਸ ਕ੍ਰੀਏਟ ਕਰਨ ਦੀ ਹੈਗੀ ਆ, ਤਾਂ ਉਹਦੇ ਲਈ ਜਿਹੜੀ ਹੈਗੀ ਆ ਲੋਅ ਦੇ ਵਿੱਚ ਪ੍ਰੋਵੀਜ਼ਨਸ ਹੈਗੀਆਂ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ।